ਡੱਕੀ ਦਾ ਤਾਂ ਐਡਾ ਗੋਡਾ ਗੋਡਾ ਫੜ ਕੇ ਸੁਝਿਆ ਪਿਆ ਹੈ, ਕਹਿੰਦਾ ਮੇਰਾ ਗੋਡਾ ਜਿਹੜਾ ਮੈਨੂੰ ਕੱਟ ਦਿਓ, ਇਹਨੂੰ ਵੱਢ ਦਿਓ, ਇਹਨੂੰ ਟੁੱਕ ਦਿਓ, ਇਹਨੂੰ ਸਹੀ ਕਰ ਦਿਓ ਪਾਸੇ ਨੂੰ, ਸਹੀ ਕਰ ਦਿਓ ਇਹਨੂੰ। ਉਹਦੀ ਮੰਮੀ ਕਹਿੰਦੀ ਹੋਰ ਗੰਦੇ ਪਾਣੀ ਛਾਲ ਮਾਰ। ਹੈਲੋ ਜੀ, ਹੂਜਰ ਬੈਕ ਟ੍ਰੈਨਰ ਵਲੋਗ। तो गाइस आज हम आपको बताएंगे कि मौसम की क्या सूरत हाल है। तो चले पापा जान से पूछते हैं, जागे कि आज मौसम की क्या सूरत हाल है। चले जाते हैं, चले 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 चले। हाँ जी पापा जी, हाँ जी, आज मौसम की क्या सूरत हाल है यार? मौसम बड़ा प्यारा बने है, बदल आए हैं, क्या आवाज आई संडे है। हाँ जी, कमाल हो गया, सोने से सुहागा हो गया, मजे आएंगे आज। आज मजे आवन, आज वीडियो बनाऊं दा भी बड़ा मजा आवे। हाँ जी, अभी मजा आएगा ना भिड़ो। ओ लो जी, बारिश शुरू हो गई है, उधर चले चलिए, चलो 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 ਚਲੋ ਚਲੋ, ਬਾਰਿਸ਼ ਆ ਗਈ, ਬਾਰਿਸ਼ ਆ ਗਈ, ਬਾਰਿਸ਼ ਬਾਰਿਸ਼। ਹਾਂਜੀ ਪਾਪਾ ਜੀ, ਅੱਜ ਕਿੰਨੀ ਵਾਰੀ ਹੈ, ਅੱਜ ਕਿੰਨੂੰ ਤਵੇ ਤੇ ਫਰਾਈ ਕਰਨਾ ਜੇ ਹੈ, ਅੱਜ ਕਿੰਨੂੰ ਰੋਸਟ ਕਰਨਾ ਹੈ ਦੱਸੋ। ਅੱਜ ਉਹਨੂੰ ਰੋਸਟ ਕਰਨਾ ਹੈ, ਉਹ ਜਿੰਦੇ ਗੋਡੇ ਦੇ ਨਾ ਫੋੜਾ ਨਿਕਲਿਆ ਹੈ, ਉਹ ਡੱਕੀ 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 ਸ਼ਾਜੀ ਡੱਕੀ ਭਲਵਾਨ ਹੈ। ਹਾਂ, ਅੱਜ ਉਹ ਜਿਹੜਾ ਉਹਨੇ ਬਣਾਇਆ ਸੀ ਨਾ ਪਹਿਲਾ ਵਲੋਗ, ਜਦੋਂ ਮੁਨੀਬ ਨੂੰ ਅਗਵਾ ਕੀਤਾ ਸੀ। ਹਾਂਜੀ, ਮੈਨੂੰ ਬੜੀ ਭੁੱਖ ਲੱਗੀ, ਮੈਨੂੰ ਬੜੀ ਭੁੱਖ ਲੱਗੀ ਹੈਗੀ ਹੈ, ਤੇ ਮੈਨੂੰ ਨਾ ਮਿਲਕ ਸ਼ੇਕ ਬਣਾ ਦਿਓ, ਮੈਨੂੰ ਮਿਲਕ ਸ਼ੇਕ ਬਣਾ। ਵੈਸੇ ਉਹ ਏਡਾ ਮੋਟਾ ਹੈ, ਮਿਲਕ ਸ਼ੇਕ ਨਾਲ ਤਾਂ ਢਿੱਡ ਭੱਜ ਜਾਏਗਾ। ਉਹਦਾ ਢਿੱਡ ਉਹਦਾ ਢਿੱਡ ਕਿਤੇ ਵੀ, ਉਹਨੂੰ ਭੁੱਖ ਬੜੀ ਲੱਗਦੀ ਹੈ। ਹਾਂਜੀ, ਉਹਨੂੰ ਭੁੱਖ ਬੜੀ ਲੱਗਦੀ ਹੈ, ਤੇ ਉਹ ਨਾ ਆਪਦੀ ਮਾਂ ਆਪਦੀ ਅੰਮੀ ਨੂੰ ਕਹਿੰਦਾ ਪਿਆ ਸੀ ਮੈਨੂੰ ਨਾ ਮਿਲਕ ਸ਼ੇਕ ਬਣਾ ਦਿਓ। ਹਾਂਜੀ, ਮੁਨੀਰ ਨੂੰ ਉਹਨੇ ਦੁੱਧ ਲੈਣ ਵਾਸਤੇ ਭੇਜਤਾ, ਹਾਲਾਂਕਿ ਫ੍ਰਿਜ ਦੇ ਦੁੱਧ ਪਿਆ ਵੀ ਹੈ ਸੀ। ਹਾਂ, ਫ੍ਰਿਜ ਦੇ ਵਿੱਚ ਨਾ ਦੁੱਧ ਪਿਆ ਹੋਇਆ, ਜਦੋਂ ਉਹਨੇ ਟੱਕੀ ਨੇ ਖੋਲਿਆ ਸੀ ਨਾ ਦਰਵਾਜ਼ਾ ਹੁੰਦਾ। ਹਾਂਜੀ, ਫ੍ਰਿਜ ਦਾ ਉਹ ਫ੍ਰਿਜ ਦੇ ਵਿੱਚ ਦੁੱਧ ਪਿਆ ਹੋਇਆ ਸੀ, ਮੁਨੀਬ ਨੂੰ ਉਹਨੇ ਘਲਾ ਦਿੱਤਾ ਦੁੱਧ ਲੈਣ ਵਾਸਤੇ, ਤੇ ਉਹ ਬਾਅਦ ਉਹ ਕਿੰਨਾ ਚਾਰਾ ਘੈਣਾ, ਬਾਅਦ ਉਹਨੂੰ ਕਹਿੰਦਾ ਮੇਰੀ ਕਾਲ ਨੀ ਭੱਜੋ, ਕਹਿੰਦਾ ਕਾਲ ਨੀ ਭੱਜ, ਵੈਲ ਹੀ ਨੀ ਲੈ ਕੇ ਗਿਆ, ਵੈਲ ਹੀ ਨੀ ਲੈ ਗਿਆ, ਹਾਲਾਂਕਿ ਜਦੋਂ ਮੁਨੀਬ ਜਾਂਦਾ ਪਿਆ ਨਾ, ਜਦੋਂ ਜਾਂਦਾ ਪਿਆ ਉਹਨੇ ਹੱਥ ਵਿੱਚ ਸੀ। ਹਾਂਜੀ, ਇਹੀ ਸੀ ਨਾ। ਹਾਂਜੀ ਹਾਂਜੀ, ਵੇਖੋ ਹੁਣ ਸੀ ਇਹਨਾਂ ਦੀ ਪਲੈਨਿੰਗ ਚੈੱਕ ਕਰੋ, ਹੈ ਪਤਾ ਨੀ ਕੀ ਸਮਝ ਨਹੀਂ ਆ ਰਿਹਾ ਉਹਨੂੰ, ਇੰਨੀ ਐਡੀ ਵੱਡੀ ਪਲੈਨਿੰਗ ਕੀਤੀ ਤੁਸੀਂ ਕਹਾਂ ਸੇ ਆਤੇ ਹੈ। ਉਹ ਜਦੋਂ ਉਹਨੇ ਸੀਸੀਟੀਵੀ ਤੇ ਦੇਖਿਆ ਨਾ, ਹਾਂਜੀ ਹਾਂਜੀ, ਉਹਨੂੰ ਜਦੋਂ ਉਹਨੇ ਵਹਾਇਆ, ਹਾਂਜੀ, ਤੇ ਮਨੀਬ ਜਿਹੜਾ ਨਾ ਅਗਵਾ ਹੋ ਗਿਆ। ਹਾਂਜੀ, ਉਹਦੀ ਉਹਦੀ ਅੰਮੀ ਜਾਂਦਾ ਕੋਈ ਰਿਐਕਸ਼ਨ ਨਹੀਂ ਹੈਗਾ ਸੀ, ਕੋਈ ਕੁਛ ਨਹੀਂ ਹੈਗਾ ਸੀ, ਹਾਲਾਂਕਿ ਪੁੱਤਰ ਜਿਹੜਾ ਉਹ ਅਗਵਾ ਹੋ ਜਾਵੇ ਤੇ ਮਾਂ ਦਾ ਪਰੇਸ਼ਾਨ ਹੋ ਜਾਂਦੀ, ਉਹਨੇ ਡਿੱਗ ਜਾਂਦੀ। ਹਾਂਜੀ, ਤੇ ਉਹਦੀ ਮਾਂ ਦਾ ਕੋਈ ਰਿਐਕਸ਼ਨ ਨਹੀਂ, ਉਹ ਬਸ ਇੱਕੋ ਗੱਲ ਕੀਤੀ ਜਾਂਦੀ ਸੀ, ਤੁਸੀਂ ਲੜਾਈਆਂ ਨਾ ਕਰਿਆ ਕਰੋ, ਤੁਸੀਂ ਲੜਾਈਆਂ ਨਾ ਕਰਿਆ ਕਰੋ, ਡੱਕੀ ਡੱਕੀ ਮੈਂ ਤੈਨੂੰ ਬੜੀ ਵਾਰੀ ਸਮਝਾਇਆ ਏ, ਤੂੰ ਲੜਾਈਆਂ ਨਾ ਕਰਿਆ ਕਰ। ਜੋ ਕਹਿੰਦੇ ਵੀ ਸੀ ਨਾ ਉਹਨੂੰ, ਹਾਂ ਨਾ ਡੱਕੀ ਨੂੰ, ਡੱਕੀ ਅੱਗੋਂ ਹੱਸਣ ਲੱਗਾ ਸੀ। ਹਾਂ, ਡੱਕੀ ਡੱਕੀ ਬਾਅਦ ਉਹ ਡੱਕੀ ਹੋਏ ਕਹਿੰਦਾ ਮੈਨੂੰ ਪਤਾ ਹੈ, ਮੈਨੂੰ ਪਤਾ ਹੈ ਉਹ ਬੰਦਿਆਂ ਦਾ ਕਿੰਨਾਂ ਨੇ ਕੰਮ ਕੀਤਾ। ਅੰਮਾ ਪੁੱਛਿਆ ਨਹੀਂ ਤਾਂ ਡੱਕੀ ਕੋਈ ਗੱਲ ਕਹੀ ਜਾਂਦਾ ਸੀ, ਡੱਕੀ ਨੂੰ ਕਿਵੇਂ ਪਤਾ ਹੈ ਕਿ ਉਹ ਬੰਦੇ ਉਹ ਹੀ ਨੇ, ਸਾਰੀ ਪਲੈਨਿੰਗ ਹੋਈ ਹੋਈ ਸੀ ਪਹਿਲੋਂ ਹੀ, ਸਾਰਾ ਕੁਛ ਹੋਇਆ ਹੋਇਆ ਸੀ। ਹਾਲਾਂਕਿ ਡੱਕੀ ਨੂੰ ਨਾ ਪੋਲੇ ਰਕਾਰਡ ਨੇ ਉਹਨੂੰ ਮੈਸੇਜ ਕੀਤਾ ਸੀ, ਉਹਨੂੰ ਕਿਵੇਂ ਪਤਾ ਗਿਆ ਇਹਨੇ ਰਜਵ ਨੇ ਕਿਡਨੈਪ ਕੀਤਾ ਹੈ? ਡੱਕੀ ਨੂੰ ਸਹੀ ਨਾ ਪਲੈਨਿੰਗ ਕਰਦਾ ਵੱਧ ਨਹੀਂ ਆਇਆ, ਬਹੁਤ ਜ਼ਿਆਦਾ ਵਿੱਚ ਨਾ ਛੱਡ ਗਿਆ, ਗਲਤੀਆਂ ਛੱਡ ਗਿਆ,
ਜਿਹਦੀ ਵਜ੍ਹਾ ਤੋਂ ਨਾ ਥੋੜਾ ਜਿਹਾ ਨਾ ਮੀਟਿੰਗ ਹੋ ਗਈ ਇਹਨਾਂ ਦੀ। ਬਾਕੀ ਵੀਡੀਓ ਅੱਛੀ ਬਣੀ ਹੋਈ ਸੀ, ਕਮਾਲ ਬਣੀ, ਜ਼ਬਰਦਸਤ ਬਣੀ ਹੋਈ ਸੀ। ਡੱਕੀ ਦੀ ਜਿਹੜੀ ਬੀਵੀ ਸੀ ਨਾ, ਉਹ ਬਚਦਾ ਬਚਦਾ ਐਵੇਂ ਪਰੇਸ਼ਾਨ ਹੋ ਗਈ ਸੀ। ਹੈਂ ਉਹ ਵੀ ਜਾਨੀ ਸਾਧ ਅੰਦਰ ਆਇਆ, ਤੈਨੂੰ ਠੰਡਾ ਪਾਣੀ ਪਿਆ ਵਾ, ਸਾਧ ਆਪਾਂ ਕੋਈ ਪਲੈਨਿੰਗ ਕਰਨੇ ਆ, ਆਪਾਂ ਕੋਈ ਬੰਦੇ ਇਕੱਠੇ ਕਰਨੇ ਆ, ਇਕੱਲਾ ਨਾ ਜਾਵੀ ਸਾਧ, ਇਕੱਲਾ ਨਾ ਜਾਵੀ, ਤੈਨੂੰ ਫੜ ਲੈਂਦੇ, ਹੈਂ ਤੈਨੂੰ ਫੜ ਲੈਂਦੇ। ਉਹ ਬਸ ਉਹ ਵਿਚਾਰੀ ਨਾ ਜਿਹੜੀ ਨਾ ਬਾਜੀ ਨਾ ਬਸ ਨਾ ਪਰੇਸ਼ਾਨੀ ਦੇ ਵਿੱਚ ਉਹਨੇ ਆਪਦਾ ਨਾ ਅੱਧਾ ਕਿਲੋ ਖੂਨ ਘਟਾ ਲਿਆ ਸੀ। ਦੋ ਦਿਨ ਬਾਅਦ ਉੱਠਿਆ ਸੀ, ਦੋ ਦਿਨ ਬਾਅਦ ਉਹਨੂੰ ਪਤਾ ਚੱਲਿਆ ਸੀ, ਹੈ ਦੋ ਦਿਨ ਦਾ ਸੁੱਤਾ ਹੀ ਪਿਆ ਸੀ। ਹੈ ਉਹ ਜਦੋਂ ਆਇਆ ਨਾ ਬਾਬਾ, ਹਨਾ ਡੱਕੀ ਨੂੰ ਆਇਆ, ਉਹਨੂੰ ਕਹਿੰਦਾ ਰਜਬ ਨੇ ਕੀਤਾ, ਕਹਿੰਦਾ ਰਜਬ ਕੌਣ, ਕਹਿੰਦਾ ਰਜਬ ਕੌਣ, ਮੈਂ ਤੈਨੂੰ ਪਲਾਨ ਦੱਸਾਂਗਾ, ਕੰਮ ਖਰਾਬ ਕੀਤਾ ਹੈ, ਜਿਹਦੇ ਬੀਕਿੰਗ ਕੀਤੀ ਹੋਈ ਉਹ ਸਾਰੀ ਤੁਹਾਨੂੰ ਅਸੀਂ ਦੱਸ ਰਹੇ ਹਾਂ। ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਤਾਂ ਕਿ ਤੁਹਾਨੂੰ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਨੇ ਨਾ ਗਲਤੀਆਂ ਦਾ ਪਤਾ ਲੱਗਿਆ, ਕੀ ਕੁਛ ਕਰਦੇ ਨੇ। ਮੇਰੇ ਭਰਾ ਕਰ ਦਿਆ ਕਰੋ ਸਬਸਕ੍ਰਾਈਬ, ਮੇਰੇ ਭਰਾ ਹੈਗੇ ਤੁਹਾਡੇ ਪਾਸ ਇੰਨੀ ਵੀਡੀਓ ਬਣਾਉਂਦੇ ਆ, ਇੰਨੇ ਬਾਕੀ ਲੜਕੇ ਅੰਦਰ ਗਾੜੀ ਮੈਂ ਬੈਠੇ ਹੋਏ ਆ, ਫੁੱਲ ਸੀਨ ਆਨ ਹੈ, ਤੇ ਤੂੰ ਹੁਣ ਜਾਣਾ ਹੀ ਜਾਣਾ ਹੈ। ਉਹ ਮੈਨੂੰ ਪਰੇਸ਼ਾਨ ਕਰਨ ਦੇ ਜਿਹੜੇ ਬੰਦੇ, ਉਹਨਾਂ ਹੋਰ ਵੀ ਕਿਤੇ ਜਾਣਾ ਸੀ। ਹਾਂਜੀ ਉਹ ਬਾਬਾ ਬਾਬਾ ਝੂਠ ਮਾਰੀ ਜਾ ਰਿਹਾ, ਬਾਬਾ ਬਾਬਾ ਨੂੰ ਕੋਈ ਬੰਦਾ ਬੁੰਦਾ ਨੀ ਲੈ ਕੇ ਆਇਆ ਹੈ। ਡੱਕੀ ਦਾ ਐਡਾ ਗੋਡਾ, ਹੋਰ ਗੰਦੇ ਪਾਣੀ ਛਾਲਾ ਮਾਰ, ਗੰਦੇ ਪਾਣੀ ਚ ਰੇੜ, ਗੰਦੇ ਪਾਣੀ ਤੂੰ ਨਹਾ ਰਿਹਾ ਨਾ, ਲੜਾਈਆਂ ਕਰਦਾ ਰਿਹਾ, ਤੈਨੂੰ ਗੰਦਾ ਪੋੜਾ ਨਿਕਲਿਆ, ਗੋਡੇ ਭਾਵੇਂ 8 ਦਿਨ ਲੱਗ ਗਿਆ, ਹੁਣ ਗੋਡੇ ਦੇ ਸਾਰੀਆਂ ਵੀਡੀਓ ਬਣਾਈਆਂ, ਗੋਡੇ ਦੇ ਇਹਨੇ ਨਾ 2-2 ਮਿਲੀਅਨ ਵਿਊਜ਼ ਲਈ ਜਾ ਰਹੇ ਨੇ। ਸ਼ਿਪੂ ਲਿਆ ਕੇ ਵੀਡੀਓ ਦੇ ਈਦ ਤੇ
ਸ਼ਿਪੂ ਸ਼ਿਪੂ ਹੀ ਲਾਈ ਸੀ। ਸ਼ਿਪੂ ਤੋਂ ਉਹਨੇ ਪੂਰਾ ਮਹੀਨਾ ਕੱਢ ਦਿੱਤਾ। ਬੇਬੀ ਸ਼ਿਪੂ ਕੀ ਬਕਰੀ ਕੋ ਉਹ ਪਹਿਲਾ ਸ਼ਿਪੂ ਚਲਾ ਗਿਆ ਜੀ, ਆ ਦੂਜਾ ਸ਼ਿਪੂ ਆ ਗਿਆ ਜੀ, ਹੈ ਉਹ ਹੁਣ ਉਹ ਤੀਜਾ ਸ਼ਿਪੂ ਆ ਗਿਆ, ਨਾਲ ਉਹਦੀ ਮਾਂ ਵੀ ਆ ਗਈ। ਪਤਾ ਨਹੀਂ ਉਹਨੇ ਕਿੰਨੀਆਂ ਕੁ ਵੀਡੀਓ ਬਣਾ ਦਿੱਤੀਆਂ ਨੇ। ਹਾਂ ਉਹਦੀ ਸ਼ਿਪੂ ਸ਼ਿਪੂ ਲਾਈ ਹੈ, ਹੁਣ ਤੁਸੀਂ ਗੋਲਡਨ ਡੈਟ ਕਰ ਦੋ, ਉਹਨਾਂ ਨੇ ਸ਼ਿਪੂ ਦਾ ਕੰਟੈਂਟ ਖਤਮ ਹੋਇਆ ਤੇ ਉਹਨੇ ਹੁਣ ਗੋੜੇ ਦਾ ਕੰਟੈਂਟ ਕਰ ਲਿਆ। ਲੋ ਜੀ ਕਿਡਨੈਪਿੰਗ ਦਾ ਕੰਟੈਂਟ ਕਰ ਲਿਆ। ਤੁਹਾਡਾ ਵਾਵਾ ਕੇ ਇਹਨਾਂ ਨੇ ਪਾਗਲ, ਉਹਨੇ ਨਾ ਡੱਕੀ ਡੱਕੀ ਇੱਕ ਐਸਾ ਬ੍ਰਾਂਡ ਹੈ, ਡੱਕੀ ਇੱਕ ਐਸਾ ਬ੍ਰਾਂਡ ਹੈ, ਉਹ ਜਿਹੜਾ ਹੈ ਨਾ ਇੱਕ ਆਪਦੀ ਚੀਜ਼ ਨੂੰ ਵਹਾ ਵਹਾ ਕੇ ਨਾ ਆਪਦੇ ਵਿਊਜ਼ ਨਾਲ ਉਹਦਾ ਪਾਗਲ ਕਰ ਦਿੰਦਾ। ਪਾਗਲ ਵਿਊਜ਼ ਨੂੰ ਜਿਹੜੇ ਐਸੇ ਬੁੱਧੂ ਐਸੇ ਡੋਂਗੇ ਵੇ ਵੇ ਕੇ ਪਾਗਲ ਹੋਏ ਹੋਏ ਨੇ, ਪਾਗਲ ਹੋਏ ਹੋਏ ਨੇ। ਹੁਣ ਇਹ ਤੋਂ ਕਿੰਨੀਆਂ ਵੀਡੀਓ ਆ ਜਾਂਦਾ, ਵੀਡੀਓ ਗਿਣਨੀਆਂ ਨੇ, ਫਿਰ ਮੈਂ ਤੁਹਾਨੂੰ ਦੱਸਣਾ ਹੈ ਤੁਸੀਂ ਕੀ ਕੀਤਾ ਹੈ। ਗੋਡੇ ਦੀਆਂ ਨਾ ਵੀਡੀਓ ਜਿਹੜੀਆਂ ਨੇ ਨਾ ਮੈਂ ਨਾ ਗਿਣਨੀਆਂ ਨੇ, ਗੋਡੇ ਦੇ ਕਿੰਨੀਆਂ ਵੀਡੀਓ ਬਣਾਉਣਾ ਹੈ, ਤੇ ਫਿਰ ਵੇਖਣਾ ਤੁਸੀਂ ਆ ਗੋਡਿਆਂ ਦੀਆਂ ਕਿੰਨੀਆਂ ਵੀਡੀਓ ਵੇਖੀਆਂ ਨੇ। ਤੁਸੀਂ ਵੀ ਗਿਣ ਕੇ ਸਾਨੂੰ ਕਮੈਂਟ ਬਾਕਸ 'ਚ ਦੱਸਣਾ ਜੇ ਕਿੰਨੀਆਂ ਵੀਡੀਓ ਆਈਆਂ ਹੈ। ਗੋਡਾ ਹੀ ਹੋਈਆਂ ਨੇ, ਤੋ ਸੱਜਣੋ ਤੇ ਮਿੱਤਰੋ ਇਹਦੇ ਨਾਲ ਅਸੀਂ ਆਪਦੀ ਵੀਡੀਓ ਦਾ ਕਰਦੇ ਹਾਂ ਅਖਤਾਮ। ਅਗਲੀ ਵੀਡੀਓ ਆਉਣੇ ਤੱਕ ਹਮੇ ਇਜਾਜ਼ਤ ਦੀਜੀਏ, ਬਹੁਤ ਸਾਰੀ ਦੁਆਵਾਂ ਯਾਦ ਰੱਖੀਏਗਾ। ਅੱਲਾਹ ਤਾਲਾ ਆਪਕੋ ਤੰਦਰੁਸਤੀ ਸਿਹਤ ਆ ਫਰਮਾਏ। ਅੱਲਾਹ ਹਾਫਿਜ਼।